मोगा दी गहनिया दी मशहूर दुकान एशिया ज्वेलर्स जो कि रामगंज रोड विखे है। इत्थे हर तरह दी वैरायटी दे गहने बने मिलते ने। शानदार क्वालिटी शानदार डिजाइन दे बने गहने इत्थे मिलते ने। साडी टीम ने इत्थों दे ओनर परमिंदर जी नाल गलबात कीती। ਕੋਈ ਚੀਜ਼ ਵੀ ਤੁਹਾਨੂੰ ਮਤਲਬ ਵਾਪਸ ਵੀ ਕਰਨੀ ਹੁੰਦੀ ਹੈ ਤੇ ਤਾਂ ਵੀ ਪੂਰਾ ਸੋਨਾ ਮਿਲਦਾ ਹੈ। ਹਾਂਜੀ ਪੂਰਾ ਸੋਨਾ ਮਿਲਦਾ ਸਾਨੂੰ। ਆਏ ਪੂਰਾ ਪਹਿਲਾਂ ਤੇ ਆਉਣੇ ਸਨ ਤਾਂ ਬਹੁਤ ਸਾਡੇ ਪਸੰਦ ਹੈ ਤੇ ਆਏ ਨਹੀਂ ਕੋਈ ਗੱਲ ਬੈਠੇ ਵੀ ਕੋਈ ਕਰੀ। ਆਏ ਵਧੀਆ ਚੀਜ਼ ਮਿਲਦੀ ਸੀ। ਮਤਲਬ ਹੁਣ ਤੁਹਾਡੇ ਰਿਸ਼ਤੇਦਾਰਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਆਓ ਇੱਥੇ, ਉਹ ਵੀ ਹੁਣ ਕਾਫੀ ਲੋਕ ਆ ਗਏ। ਹਾਂਜੀ ਹਾਂਜੀ ਉਹ ਕੁੜੀਆਂ ਮੇਰੀਆਂ ਸਾਰੀਆਂ ਇੱਥੇ ਆਉਂਦੀਆਂ ਨੇ ਨਾ। ਹਾਂਜੀ ਇੱਥੇ ਆਉਂਦੀਆਂ। ਬੇਟਾ ਤੁਸੀਂ ਚਾਈਨੀਆਂ ਦੇਖ ਰਹੇ ਹੋ, ਕੀ ਕਹਿਣਾ ਚਾਹੋਗੇ, ਕਿਵੇਂ ਤੁਸੀਂ ਏਸ਼ੀਆ ਜਵੈਲਰ ਨਾਲ ਜੁੜੇ ਹੋ, ਕੀ ਕਹਿਣਾ ਚਾਹੋਗੇ? ਕਿਉਂਕਿ ਮੇਰੇ ਮੰਮੀ ਪਾਪੇ ਆਉਂਦੇ ਸੀ बैठे ਉਹ ਵੀ ਇੱਥੇ ਫੋਨ ਦੇ ਉੱਤੇ ਦੱਸ ਦਿੰਦੇ ਆ, ਵੀਡੀਓ ਦਿਖਾ ਦਿੰਦੇ ਆ ਤੇ ਡਿਜ਼ਾਈਨ ਪਸੰਦ ਕਰਾ ਦਿੰਦੇ ਆ ਤੁਹਾਡੇ ਥਰੂ, ਉਹ ਵੀ ਕਾਫੀ ਲੋਕ ਲੱਗੇ ਨਾਲ। ਹਾਂਜੀ ਹਾਂਜੀ ਕਾਫੀ ਲੱਗਦੇ ਮੇਰੇ ਫਰੈਂਡ ਸਾਰੇ ਠੀਕ। ਦਰਸ਼ਕੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਏਸ਼ੀਆ ਜਵੈਲਰਸ, ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਆ, ਅਬਾਊਟ 20 ਸਾਲ ਤੋਂ ਰਾਮਗੰਜ ਮੰਡੀ ਦੇ ਵਿੱਚ, ਔਰ ਗੱਲ ਕਰ ਰਿਹਾ ਪਰਮਿੰਦਰ ਜੀ ਦੇ ਨਾਲ ਜਿਹੜੇ ਇੱਥੋਂ ਦੇ MD ਨੇ। ਵੀ ਜੀ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਪਰਮਿੰਦਰ ਜੀ। ਅੱਜ ਜਿਸ ਤਰੀਕੇ ਨਾਲ ਅਸੀਂ ਦੋ ਕਸਟਮਰਸ ਨਾਲ ਗੱਲ ਕੀਤੀ, ਤੁਹਾਡਾ ਜਿਹੜਾ ਵਿਸ਼ਵਾਸ ਆ ਕਿ ਪਹਿਲੀ ਵਾਰ ਉਹ ਆਏ ਤੇ ਬੰਦੇ ਨਾਲ ਜੁੜ ਗਏ, ਕਿਵੇਂ ਇਹ ਚੇਨ ਬਣ ਰਹੀ ਆ ਔਰ ਕਿਵੇਂ ਏਸ਼ੀਆ ਜਵੈਲਰ ਜਿਹੜਾ ਹੈਗਾ ਧੀਰੇ ਧੀਰੇ ਕਰਕੇ ਜਿਹੜਾ 20 ਸਾਲ ਪਹਿਲਾਂ ਛੋਟਾ ਜਿਹਾ ਬੂਟਾ ਲਗਾਇਆ ਸੀ ਸ਼ਾਮ ਦੇ ਪੇਟ ਦਾ ਰੁੱਖ ਧਾਰਨ ਕਰ ਰਿਹਾ? ਗੱਲ ਇਸ ਤਰ੍ਹਾਂ ਦੀ, ਗੱਲ ਇਹ ਜਿਹੜੇ ਸਾਡੇ ਕਸਟਮਰ ਸਾਡੇ ਕਲਾਇੰਟ ਸਾਡੇ ਨਾਲ ਜੁੜੇ ਹੈਗੇ, ਔਰ ਦੂਜੀ ਗੱਲ ਜਿੱਦਾਂ ਹੁਣ ਇਲੈਕਟ੍ਰੋਨਿਕ ਮੀਡੀਆ ਤੁਹਾਡਾ ਅੱਜ ਤੋਂ ਅਸੀਂ ਇਹ ਸ਼ੇਅਰ ਸੀ ਐਡਵਰਟਾਈਜਮੈਂਟ ਵੀ ਇਹ ਚੱਲ ਰਹੀ ਆ ਆਪਣੀ ਜਾਂ ਸਾਡੀਆਂ ਲੋਕਲ ਜਿਹੜੀਆਂ ਵਾਲ ਪੇਂਟਿੰਗ ਵਗੈਰਾ ਸਾਡੀਆਂ ਆ ਗਈਆਂ ਸ਼ਹਿਰ ਦੇ ਵਿੱਚ, ਇਹ ਹੋਣਾ। ਲੇਕਿਨ ਜਿਹੜਾ ਸਾਡਾ ਸੋਨੇ ਦਾ ਕੰਮ ਹੈ ਉਹਦੇ ਵਿੱਚ ਇਹ ਹੁੰਦਾ ਜੀ ਮਾਊਥ ਟੂ ਮਾਊਥ ਬਹੁਤ ਜ਼ਿਆਦਾ ਐਡਵਰਟਾਈਜਮੈਂਟ ਹੁੰਦੀ ਹੈ। ਸੋ ਸਾਡਾ ਜਿਹੜਾ ਪੁਰਾਣਾ ਰਿਕਾਰਡ ਹੈ, ਸਾਡੇ ਕੰਮ ਕਰਨ ਦਾ ਤਰੀਕਾ, ਸਾਡੀ ਪਿਓਰਿਟੀ, ਸਾਡੀ ਇਮਾਨਤ ਸਭ ਤੋਂ ਵੱਡੀ ਗੱਲ ਸੀਗੀ ਜਿਹਦੇ ਕਰਕੇ ਸਾਡੀ ਕਲਾਇੰਟੇਲ ਸ਼ੁਰੂ ਤੋਂ ਬਹੁਤ ਵਧੀਆ ਆਈ ਹੈ। ਜਿਹੜੇ ਬੰਦੇ ਸਾਡੇ ਤੋਂ 20 ਸਾਲ ਦੇ ਜੁੜੇ ਹੋ, ਅੱਜ ਵੀ ਜੁੜੇ ਹੋ, ਨਵੇਂ ਹਰ ਸਾਲ ਟਾਈਮ ਟੂ ਟਾਈਮ ਸਾਡੇ ਨਾਲ ਜੁੜਦੇ ਰਹਿੰਦੇ ਆ। ਅੱਜ ਤੱਕ ਸਾਨੂੰ ਕਦੇ ਇਹ ਫੀਲ ਨਹੀਂ ਹੋਇਆ ਕਿ ਸਾਡੀ ਕਲਾਇੰਟੇਲ ਘੱਟ ਰਹੀ ਹੈ ਜਾਂ ਬੰਦੇ ਟੁੱਟ ਰਹੇ ਆ, ਕੋਈ ਇੱਦਾਂ ਨਹੀਂ ਕਦੇ ਗੱਲ ਨਹੀਂ। ਸਗੋਂ ਹਰ ਵਾਰੀ ਨਾਲ ਉਹਦੇ ਪਿੱਛੇ ਸਾਡੇ ਕੰਮ ਕਰਨ ਦਾ ਤਰੀਕਾ ਅਤੇ ਪਲੱਸ ਸਾਡੀ ਇਮਾਨਦਾਰੀ ਅਤੇ ਪਲੱਸ ਸਾਡੇ ਰੇਟਸ, ਜਿਹੜਾ ਕਿ ਅਸੀਂ ਪੂਰੀ ਤਰ੍ਹਾਂ ਕੰਪੀਟੀਸ਼ਨ ਦੇ ਨਾਲ ਬਾਜ਼ਾਰ ਦੇ ਨਾਲ ਚੱਲਦੇ ਹਾਂ। ਵੀਰ ਜੀ ਗੱਲ ਕਰ ਲਈਏ ਕਿ ਤੁਸੀਂ ਇੱਕ ਮਾਡਰਨਾਈਜੇਸ਼ਨ ਦੇ ਨਾਲ ਇਸ ਫੀਲਡ 'ਚੋਂ ਔਰ ਹਮੇਸ਼ਾ ਨਵੇਂ ਡਿਜ਼ਾਈਨ ਔਰ ਫੋਰਮ ਦੀ ਤਰਜ਼ ਦੇ ਉੱਤੇ ਜ਼ਿਆਦਾ ਕੰਮ ਕਰਦੇ ਹੋ, ਹਰ ਚੀਜ਼ ਤੁਹਾਡੇ ਕੋਲ ਜਿਹੜੀ ਹੈਗੀ ਆ ਉਹ ਕ੍ਰੀਏਟਿਵ ਸੈਂਸ ਦੇ ਨਾਲ ਤੁਸੀਂ ਬਣਾਉਂਦੇ ਹੋ, ਡਿਜ਼ਾਈਨਸ ਵੀ ਤੁਸੀਂ ਬੜੇ ਵਧੀਆ ਵਧੀਆ ਚੂਜ਼ ਕਰਕੇ ਆਪਣੇ ਕੋਲ ਰੱਖਦੇ ਵੀ ਹੋ, ਔਰ ਜਿਸ ਤਰ੍ਹਾਂ ਦਾ ਕੋਈ ਡਿਜ਼ਾਈਨ ਕਹੇ ਉਹ ਵੀ ਬਣਾ ਕੇ ਦੇ ਦਿੰਦੇ ਹੋ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਡਿਜ਼ਾਈਨਿੰਗ ਦਾ ਟਾਈਮ ਹੈ, ਸੋਨਾ ਇੰਨੀ ਮਹਿੰਗੀ ਧਾਤ ਹੈ, ਔਰ ਇਹਦੇ ਵਿੱਚ ਇਹ ਹੈ ਕਿ ਜਿਸ ਬੰਦੇ ਨੇ ਪੈਸੇ ਖਰਚ ਕਰਨੇ ਆ, ਅਗਰ ਉਹਨੇ ਕਿਸੇ ਨੇ 1,50,000 2,000 20,000 ਜਿੰਨਾ ਵੀ ਲਾਉਣੇ ਆ ਪੈਸੇ, ਉਹ ਇਹ ਮਹਿੰਗੇ ਆਈਟਮ ਹੋਣ ਕਰਕੇ ਹਰ ਬੰਦੇ ਨੂੰ ਡਿਜ਼ਾਈਨ ਦਾ ਹੁੰਦਾ ਹੈ ਕਿ ਅਗਰ ਅਸੀਂ ਪੈਸੇ ਲਾ ਰਹੇ ਹਾਂ, ਅਗਰ ਅਸੀਂ 2,00,000-3,00,000 ਰੁਪਇਆ ਖਰਚਾ ਕਰ ਰਹੇ ਹਾਂ ਤਾਂ ਸਾਨੂੰ ਡਿਜ਼ਾਈਨ ਵੀ ਬੈਸਟ ਹੋਣਾ। ਪਹਿਲਾਂ ਸੋਨਾ ਹੁੰਦਾ ਸੀ ਕਿ ਸਿਰਫ ਪੇਟੀ ਦਾ ਸ਼ੰਕਾ, ਸੋਨਾ ਲੈ ਲੈਣਾ
ਆਪਣਾ ਜਾਣਾ ਜਿਹੜਾ ਮਰਜ਼ੀ ਡਿਜ਼ਾਈਨ ਤਿਆਰ ਕਰ ਦਿਓ ਜੀ, ਹਾਰ ਬਣਾ ਦਿਓ ਜੀ, ਬਣ ਕੇ ਆ ਜਾਣਾ, ਚਲੇ ਜਾਣਾ, ਪੇਟੀ ਦਾ ਸ਼ਿੰਗਾਰ ਹੁੰਦਾ ਸੀ। ਲੇਕਿਨ ਅੱਜ ਦੇ ਟਾਈਮ ਬੱਚੇ ਲੇਟੈਸਟ ਪੀਂਦੇ ਆ ਕਿ ਹੁਣ ਬੰਦੇ ਨੂੰ ਪਤਾ ਕਿ ਅਸੀਂ ਜੇ ਸੋਨਾ ਲੈਣਾ ਇੰਨੀ ਮਹਿੰਗੀ ਆਈਟਮ ਹੈ ਪਰ ਅਸੀਂ ਉਹਨੂੰ ਯੂਜ਼ ਸੋਲ ਸਾਡੇ ਹੋਵੇ, ਇਕੱਲਾ ਇਹਨਾਂ ਕਿ ਸੋਨੇ ਦੀ ਕਾਟ ਮਾਰ ਕੇ। ਸੋ ਡਿਜ਼ਾਇਨਿੰਗ ਪ੍ਰਿਓਰਿਟੀ ਹੈ, ਸਭ ਤੋਂ ਪਹਿਲਾਂ ਡਿਜ਼ਾਇਨ, ਫਿਰ ਪ੍ਰਿਓਰਿਟੀ, ਫਿਰ ਦੈਨ ਅਗਲੀਆਂ ਸਾਰੀਆਂ ਚੀਜ਼ਾਂ ਤੁਹਾਡੀ ਅਸੀਂ ਕਸਟਮਰ ਨੂੰ ਡੀਲ ਕਿਵੇਂ ਕਰਦੇ ਹਾਂ ਉਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ। ਸੋ ਡਿਜ਼ਾਇਨਿੰਗ ਸਾਡੀ ਮਤਲਬ ਇੱਕ ਪ੍ਰਿਓਰਿਟੀ ਹੈ ਔਰ ਡਿਜ਼ਾਇਨਿੰਗ ਸਾਡੀ ਜਿਹੜੀ ਡਿਜ਼ਾਇਨਿੰਗ ਤੁਸੀਂ ਬਹਿ ਕੇ ਦੇਖੋਗੇ ਡਿਜ਼ਾਇਨਿੰਗ ਸਾਡੀ ਬਾਕੀ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਹਟ ਕੇ। ਪ੍ਰਬਿੰਦਰ ਜੀ, ਅਗਰ ਆਪਾਂ ਗੱਲ ਕਰ ਲਈਏ, ਕਈ ਵਾਰ ਬੰਦਾ ਸੋਨਾ ਲੈ ਜਾਂਦਾ ਹੈਗਾ ਔਰ ਕੋਈ ਜ਼ਰੂਰਤ ਪੈ ਜਾਂਦੀ ਹੈ ਸੋਨਾ ਵਾਪਸ ਵੀ ਕਰਨਾ ਹੁੰਦਾ, ਉਦੋਂ ਵੀ ਤੁਹਾਡੇ ਫੇਸ ਇੰਪ੍ਰੈਸ਼ਨ ਜਿਹੜੇ ਬੜੇ ਲਾਈਟ ਹੁੰਦੇ ਆ ਅਗਲੇ ਦੇ ਨਾਲ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਮੁੜਨ ਆਏ ਤੇ ਅਗਲੇ ਨੂੰ ਕਦੇ ਪੇਮੈਂਟ ਦੀ ਵੀ ਕਦੇ ਜ਼ਰੂਰਤ ਪੈ ਗਈ ਆ ਰਸਤੇ ਦੇ ਵਿੱਚ ਵੀ, ਕਿਉਂਕਿ ਸੋਨਾ ਇੱਕ ਐਸੀ ਚੀਜ਼ ਆ, ਐਸੀ ਧਾਤੂ ਆ ਜਿਹਦੇ ਨਾਲ ਬੰਦਾ ਆਪਣੇ ਦੁੱਖ ਸੁੱਖ ਨੂੰ ਸ਼ੇਅਰ ਕਰ ਦਿੰਦਾ ਹੈਗਾ ਪੈਸਿਆਂ ਦੇ ਨਾਲ ਵੀ, ਕੀ ਕਹਿਣਾ ਚਾਹੋਗੇ ਕਿ ਉਦੋਂ ਵੀ ਤੁਸੀਂ ਜਿਹੜਾ ਹੈਗਾ ਉਹੀ ਤੁਹਾਡਾ ਸਟਾਈਲ ਰਹਿੰਦਾ ਉਨੇ, ਜਿਵੇਂ ਤੁਸੀਂ ਉਹਨੂੰ ਪਹਿਲਾਂ ਪਿਓਰਟੀ ਦੀ ਗੱਲ ਕਰਦੇ ਹੋ ਕਿ ਇੰਨੀ ਕਾਟ ਜਾਂ ਆਹ ਚੀਜ਼ ਹੈਗੀ ਆ ਜੋ ਜੀ ਪਹਿਲਾਂ ਕਰ ਦਿੰਦੇ ਹੋ ਵੀ ਉਹ ਉਸ ਤਰੀਕੇ ਨਾਲ ਹੁੰਦੀ ਹੈ। ਦੇਖੋ ਜੀ, ਸੋਨਾ ਕੋਈ ਵੀ ਬੰਦਾ ਖਰੀਦਦਾ ਨਾ ਇੱਕ ਐਸਟ ਹੈ, ਉਹ ਬੰਦੇ ਨੂੰ ਇੱਕ ਇਸ ਕਰਕੇ ਸੋਚਦਾ ਵੀ ਚਲੋ ਅਸੀਂ ਪਹਿਨਾਂਗੇ ਵੀ ਸਾਡੀ ਸ਼ਾਨ ਵੀ ਹੈ ਪਲੱਸ ਸਾਡੀ ਇੱਕ ਗੱਠ ਵੀ ਹੈ, ਮਤਲਬ ਇਹ ਕਿ ਉਸ ਬੰਦੇ ਨੂੰ ਹੁੰਦਾ ਕਿ ਸਾਡੀਆਂ ਜਿੱਦਾਂ ਪ੍ਰੋਪਰਟੀ ਪਈ ਇੰਨੇ ਦੀ ਆ ਸਾਡਾ ਸੋਨਾ ਪਿਆ, ਹਰ ਬੰਦੇ ਨੂੰ ਹੁੰਦਾ। ਅਤੇ ਜੇ ਕਿਸੇ ਬੰਦੇ ਦਾ ਸੋਨਾ ਉਹਨੂੰ ਪਤਾ ਹੋਵੇ ਮੇਰਾ 5 ਲੱਖ ਦਾ ਸੋਨਾ ਪਿਆ, ਕੱਲ੍ਹ ਨੂੰ ਆ ਕੇ ਪਤਾ ਲੱਗੇ ਜੀ 3 ਦਾ ਨਿਕਲ ਗਿਆ, ਉਸ ਡਰਦੇ ਹੋਵੇ ਮਤਲਬ ਉਹ ਬੰਦਾ ਬਹੁਤ ਜ਼ਿਆਦਾ ਡਿਸਅਪੋਇੰਟ ਹੁੰਦਾ, ਪਲੱਸ ਅਗਲੇ ਦਾ ਮਤਲਬ ਨੈਗੇਟਿਵਿਟੀ ਬਹੁਤ ਜ਼ਿਆਦਾ ਸੋਨੇ ਦੇ ਪ੍ਰਤੀ ਜੋ। ਸੋ ਸਾਡੀ ਪਹਿਲੀ ਪ੍ਰਿਓਰਟੀ ਇਹੀ ਹੈ ਕਿ ਅਗਲੇ ਦਾ ਸੋਨਾ ਜਾਂ ਕੋਈ ਵੀ ਸਮਾਨ ਹੈ ਉਹ ਜਦੋਂ ਅਸੀਂ ਵੇਚਦੇ ਹਾਂ ਅਸੀਂ ਜੋ ਉਹਨਾਂ ਨੂੰ ਕਹਿ ਰਹੇ ਹਾਂ ਉਹਨਾਂ ਨੂੰ ਪਤਾ ਹੋਵੇ ਸਾਡੇ ਕੋਲ ਕੀ ਚੀਜ਼ ਹੈ, ਕੱਲ੍ਹ ਨੂੰ ਵਾਪਸ ਕਰਾਂਗੇ ਅਸੀਂ ਹੱਸ ਕੇ ਲਈਏ, ਅਗਲਾ ਵੀ ਸਾਨੂੰ ਹੱਸ ਕੇ ਦੇਖ ਰਿਹਾ, ਅਗਲੇ ਨੇ ਉਹਨੇ ਪੂਰੀ ਕੀਮਤ ਮਿਲੂਗੀ, ਅਗਲਾ ਸਾਡੇ ਨਾਲ ਟੁੱਟੂਗਾ ਨਹੀਂ, ਇੱਕ ਦੀ ਥਾਂ ਸਾਡੇ 4 ਕਸਟਮਰਸ ਹੋਰ ਜੋੜ ਕੇ ਰਹਿੰਦੇ ਹੋ। ਪਰਮਿੰਦਰ ਜੀ, ਜਿਸ ਤਰੀਕੇ ਨਾਲ ਇਹਨਾਂ ਦੇ ਵੀਰਾਂ ਦਾ ਤੁਹਾਡੇ 'ਤੇ ਬਹੁਤ ਵੱਡਾ ਵਿਸ਼ਵਾਸ ਜਿਹੜਾ ਬਣਿਆ ਹੋਇਆ ਹੈ ਔਰ ਬਾਹਰੋਂ ਹੀ ਉਹ ਡਿਜ਼ਾਇਨ ਜਿਹੜੇ ਹੈਗੇ ਆ ਵੀਡੀਓ 'ਤੇ ਤੁਹਾਡੇ ਕਾਲਜ ਦੇ ਉੱਪਰ ਸਿਲੈਕਟ ਕਰ ਲੈਂਦੇ ਆ, ਔਰ ਜਦੋਂ ਵੀ ਮੈਰਿਜ ਹੁੰਦੀ ਹੈ ਉਹਨਾਂ ਨੂੰ ਟੈਨਸ਼ਨ ਹੀ ਨਹੀਂ ਹੁੰਦੀ, ਉਹ ਕਹਿੰਦੇ ਆਪੇ ਪਰਮਿੰਦਰ ਸੰਭਾਲੂਗਾ, ਕਿ ਇਹ ਕਿੱਦਾਂ ਦਾ ਇਹ ਜਿਹੜੇ ਐਟੀਟਿਊਡ ਆ ਤੁਹਾਡਾ ਕਿਵੇਂ ਬਣਿਆ ਹੋਇਆ ਔਰ ਕਿਵੇਂ ਲੋਕ ਜਿਹੜੇ ਹੈਗੇ ਇੰਨਾ ਜ਼ਿਆਦਾ ਫੇਸ ਕਰ ਰਹੇ। ਇਹਦੇ ਵਿੱਚ ਗੱਲ ਇਹ ਹੈਗੀ ਹੈ ਜੀ, ਪੁਰਾਣੇ ਕਲਾਇੰਟੇਜ ਹੋ ਗਈ, ਇੱਕ ਥੋੜ੍ਹੇ ਸਮੇਂ ਬਾਅਦ ਕਸਟਮਰ ਦੇ ਨਾਲ ਸਾਡਾ ਇੱਕ ਕਮਿਊਨੀਕੇਸ਼ਨ ਹੋ ਜਾਂਦਾ, ਫਿਰ ਕਸਟਮਰ ਨੂੰ ਵੀ ਇੱਕ ਫੇਥ ਹੋ ਜਾਂਦਾ ਕਿ ਹਾਂ ਯਾਰ ਉੱਥੋਂ ਜੋ ਚੀਜ਼ ਆ ਗਈ ਉਹ ਬੈਸਟ ਹੋਣੀ ਹੈ ਪਿਓਰਟੀ ਨਾਲ ਹਰ ਇੱਕ ਪਾਸੋਂ, ਮਤਲਬ ਸਾਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ। ਬੜੇ ਇੱਦਾਂ ਦੇ ਸਾਡੇ ਕਲਾਇੰਟੇਜ ਹੈਗੇ ਆ ਥੋੜ੍ਹੇ ਜਿਹੇ ਓਲਡ ਏਜ ਵੀ, ਉਹਨੇ ਕਹਿੰਦੇ ਬੇਟਾ ਸਾਡੇ ਬੱਚਿਆਂ ਨੂੰ ਆਹ ਚੀਜ਼ ਚਾਹੀਦੀ, ਤੁਸੀਂ ਆਪਣੀ ਚੋਇਸ ਨਾਲ ਸਾਨੂੰ ਭੇਜੋ, ਸਾਨੂੰ ਤੁਹਾਡੇ 'ਤੇ ਮਾਣ ਹੈ, ਸਾਨੂੰ ਤੁਹਾਡੀ ਚੋਇਸ ਹੈ ਪਤਾ। ਸੋ ਸਾਨੂੰ ਵੀ ਕਲਾਇੰਟੇਜ ਜਿੰਨੀ ਵੀ ਕਲਾਇੰਟਸ ਹੈਗੇ ਉਹਨਾਂ ਦੀ ਮਤਲਬ ਉਹਨਾਂ ਦੀ ਜੋ ਡਿਮਾਂਡ ਹੁੰਦੀ ਹੈ ਜਾਂ ਉਹਨਾਂ ਦੀ ਇੱਕ ਪਸੰਦ ਹੁੰਦੀ ਹੈ ਅਸੀਂ ਉਹਨਾਂ ਨੂੰ ਸਾਨੂੰ ਆਲਮੋਸਟ ਸਾਨੂੰ ਪਤਾ ਹੁੰਦਾ। ਸੋ ਅਸੀਂ ਇਹਦੇ ਨਾਲ ਆਪਣੇ ਆਪ ਨੂੰ ਅਗਲੇ ਦੀ ਵੀ ਮਰਜ਼ੀ ਪੁੱਛੀ ਦੀ ਹੈ ਅਤੇ ਪਲੱਸ ਅਗਲੇ ਨੂੰ ਅਸੀਂ ਸੁਜੈਸਟ ਕਰੀਦਾ ਕਿ ਆਹ ਚੀਜ਼ ਤੁਸੀਂ ਲਓ। ਸੋ ਉਹਦੇ ਨਾਲ ਕਿ ਸਾਡਾ ਰਿਲੇਸ਼ਨ ਬਹੁਤ ਵਧੀਆ ਬਣਿਆ ਰਹਿੰਦਾ ਕਲਾਇੰਟ ਨਾਲ। ਸੋ ਔਨਲਾਈਨ ਬਾਹਰ ਜਿੱਦਾਂ ਔਨਲਾਈਨ ਡਿਜ਼ਾਇਨਿੰਗ ਵੀ ਹੋ ਗਈ ਅੱਜ ਦੇ ਟਾਈਮ, ਸਾਨੂੰ ਪਤਾ ਹੁੰਦਾ ਕਲਾਇੰਟਸ ਨੇ ਆਹ ਚੀਜ਼ ਦੀ ਡਿਮਾਂਡ ਹੈ, ਅਸੀਂ ਉਹਨਾਂ ਨੂੰ ਦਿਖਾਉਂਦੇ ਹਾਂ, ਠੀਕ ਹੈ ਜੀ। ਔਰ ਉਹ ਨਹੀਂ ਵੀ ਸਾਡੇ 'ਤੇ ਵੀ ਛੱਡ ਦਿੰਦੇ ਤਾਂ ਤਦ ਵੀ ਸਾਡੇ ਕੋਲ ਉਹ ਮਤਲਬ ਇੱਦਾਂ ਚੀਜ਼ਾਂ ਚਲੀਆਂ ਜਾਂਦੀਆਂ, ਪੇਮੈਂਟ ਸਭ ਆ ਜਾਂਦੀ ਹੈ, ਬੜਾ ਵਧੀਆ ਸਾਡਾ ਰਿਲੇਸ਼ਨ ਡਿਵੈਲਪ ਹੋ ਚੁੱਕਿਆ। ਪੇਮੈਂਟਸ ਦੀ, ਪੇਟੀਐਮ ਦੀ ਗੱਲ ਕਰ ਲਈਏ, ਗੂਗਲ ਪੇ ਦੀ ਗੱਲ ਕਰ ਲਈਏ, ਜਾਂ ਨਹੀਂ ਨਹੀਂ ਟੈਕਨੀਕ ਵੀ ਹਰ ਟੈਕਨੀਕ ਤੁਹਾਡੇ ਕੋਲ ਹੈਗੀ ਹੈ ਜਿਹਦੇ ਨਾਲ ਬੰਦਾ ਪੈਸੇ ਪੇ ਕਰ ਸਕਦਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਹਾਂਜੀ, ਅੱਜ ਦੇ ਟਾਈਮ 'ਚ ਜੋ ਸਾਨੂੰ ਕੋਈ ਵੀ ਬੰਦਾ ਪੇਟੀਐਮ ਰਾਹੀਂ ਪੇ ਕਰਨਾ ਚਾਹੇ, ਕੋਈ ਸਾਨੂੰ ਕਾਰਡ ਸਵਾਈਪ ਕਰਨਾ ਵਾ, ਔਨਲਾਈਨ ਟ੍ਰਾਂਸਫਰ ਹੈ, ਉਹ ਜੋ ਵੀ ਲਾਈਕ ਕਸਟਮਰ ਦੀ ਚੋਇਸ ਹੈ ਕਿ ਜਿਸ ਤਰ੍ਹਾਂ ਪੇਮੈਂਟ ਦਾ ਮੋਡ ਉਹ ਕੀ ਕਰਨਾ ਚਾਹੁੰਦਾ, ਠੀਕ ਹੈ, ਉਹ ਉਸੇ ਤਰ੍ਹਾਂ ਕੈਸ਼ ਕਰਨਾ ਚਾਹੁੰਦਾ ਜਿੱਦਾਂ ਮਿਲ ਰਿਹਾ, ਉਹ ਉਹਨਾਂ ਦੀ ਚੋਇਸ ਹੈ। ਜੈਮਸ ਦੀ ਗੱਲ ਕਰ ਲਈਏ ਆਪਾਂ, ਅੱਜ ਕਾਫੀ ਮਤਲਬ ਜਿਹੜਾ ਹੈਗਾ ਇਸ ਚੀਜ਼ ਦੇ ਉੱਤੇ ਵਿਸ਼ਵਾਸ ਹੋ ਰਿਹਾ ਲੋਕਾਂ ਦਾ ਜੈਮਸ ਦੇ ਉੱਪਰ, ਔਰ ਤੁਸੀਂ ਇਹਦੇ ਕਹਿੰਗੋ ਇਸ ਮੋਗੇ ਏਰੀਏ ਦੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜੈਮਸ ਦੇ ਕੈਂਗ ਬਣਨਾ ਕਿਵੇਂ, ਮਤਲਬ ਤੁਸੀਂ ਇਹ ਜਦੋਂ ਸਟਾਰਟ ਕੀਤਾ 20 ਸਾਲ ਦਾ ਛੋਟਾ ਜਿਹਾ ਸਫ਼ਰ ਆ, ਕਿਉਂਕਿ ਇੱਥੇ 80-80 ਸਾਲਾਂ ਵਾਲੇ ਜਵੈਲਰ ਵੀ ਬੈਠੇ ਆ, ਪਰ ਕਿਸੇ ਚੀਜ਼ ਦੇ ਲਈ ਇੰਨੀ ਪ੍ਰਾਇਓਰਟੀ ਲੈਣੀ ਔਰ ਇੰਨਾ ਮਤਲਬ ਵੀ ਲੋਕ ਕਹਿੰਦੇ ਵੀ ਉਹਦੇ ਕੋਲ ਜਾ ਵੱਲ ਜੈਮ ਲੈਣੇ ਆ, ਤਾਂ ਉਹਦੇ ਬਾਰੇ ਕੀ ਗੱਲ ਕਰੋ? ਗੱਲ ਹੈ ਕਿ ਜੈਮਸ ਦੀ ਅਸਾਂ ਅਸੀਂ ਮੈਂ 20 ਤੋਂ 22 ਸਾਲ ਪਹਿਲਾਂ ਤੋਂ ਜੈਮ ਦਾ ਕੰਮ ਸਟਾਰਟ ਕੀਤਾ, ਜਦੋਂ ਮਤਲਬ ਜੈਮਸ ਦੇ ਬਾਰੇ ਅਸਲ ਨਕਲ ਦਾ ਬੜਾ ਕੁਛ ਇੱਥੇ ਹੋ ਰਿਹਾ ਸੀਗਾ ਕਿ ਕਿਸੇ ਨੂੰ ਪਤਾ ਨਹੀਂ ਸੀਗਾ ਕਿ ਅਸਲ ਕੀ ਹੈ ਅਤੇ ਨਕਲ ਕੀ ਹੈ, ਜੋ ਜਿਹਦਾ ਜੋ ਜੀ ਮਨ ਆਇਆ ਉਹ ਵੇਚ ਰਿਹਾ ਸੀਗਾ, ਵੇਚ ਵੀ ਨਕਲੀ ਰਿਹਾ ਸੀ ਔਰ ਵੇਚ ਵੀ ਬੜੇ ਡੁਪਲੀਕੇਟ ਸਟੋਨ ਵੇਚ ਰਿਹਾ ਸੀਗਾ। ਜਦੋਂ ਅਸੀਂ ਇਸ ਕੰਮ 'ਚ ਲਾਈਨ 'ਚ ਮੈਂ ਪੈਰ ਧਰਿਆ, ਸਟਾਰਟਿੰਗ ਦੇ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ, ਤੁਸੀਂ ਮੰਨ ਕੇ ਚੱਲੋ ਵੀ 1-6 ਮਹੀਨੇ ਸਾਲ ਦੇ ਅੰਦਰ ਸਾਨੂੰ ਇੰਨਾ ਵਧੀਆ ਰਿਸਪੋਂਸ ਮਿਲਿਆ ਕਿ ਮੈਨੂੰ 20 ਤੋਂ 21 ਸਾਲ ਹੋ ਚੁੱਕੇ ਹੈ ਕਿ ਮੈਂ ਜੈਮਸ ਦਾ ਹੋਲਸੇਲ ਦਾ ਕੰਮ ਕਰ ਦੂੰ। ਸੋ ਉਹ ਸਾਡੀ ਜੋ ਪੈਟ
जे तुसी साडा नग डुप्लीकेट होगा या साडे च कोई फर्क होगा डबल पैसे दे देंगे सी हैक ठोक के ले लेंगे क्यों सानू पता किसी काम दा तो करना नहीं जो मंगना होई देना सो इस करके साडी इस गल इस लाइन दे विच ही साडा पूरा वधिया नाम बनया होया सर अगर आप गल कर लिए डायमंड दी गल कर लिए अगर आप चांदी दी गल कर लिए तो तुसी हर चीज दे विच ही परिपक्व अज चांदी दी आ जिहड़ियां चीजां हैगियां चांदी दे नाल भी तुसी अटैच हो पूरा किसी ने मैरिज दे उपर कोई जिहड़ा हैगा पहला किसी तरीके दे नाल भी लिखाना कोई होर करना तो हर चीज़ है जी इतने मतलब लुधियाने वाली क्वालिटी लुधियाने तो वधिया क्वालिटी मतलब जी है इतने देने की कोशिश कर दो पर एक गल हाँ देखो जी लुधियाना लोगों का मन का एक विचार बहुत देर का पहला बनया हुआ कि लुधियाना जाना जी पैसे लाने वधिया वरायटी ले लुधियाने जाना लेकिन असं एक चैलेंज करते हैं कि लुधियाने थोनू जाने की लड़ नहीं लुधियाने तो बैटर वरायटी इतने दी जाएगी और घर तक घर ही होंगे जी ठीक है जी इतने असं लोकल बैठे हैं हर बंद देसी अप्रोच है नेड़े बैठे हैं कोई चीज़ की चेंज करनी है कोई वैसे परसनल रिलेशन भी होंगे है थोड़ा एक विश्वास है आपके शहर तुम इतों लुधियाने चले जाओ थोड़ा कौन जानता कोई पुछता नहीं जेब पैसे पा के लैके जाओगे कैश होंगे नहीं भी थोड़ा समान पसंद तो तद भी लेना पेगा लेकिन लोकल बैठे हैं जी हर एक चीज़ की थोड़े को ऑप्शन है सो असं सूँ यह लगता कि लुधियाना ठीक है लुधियाने का नाम बनया हुआ बहुत व्डा पर अज के टाइम की गल करिए असी किसी घट नहीं है ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਅੰਤ ਸਾਡੇ ਦਰਸ਼ਕਾਂ ਨਾਲ ਕੀ ਤੁਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਕੀ ਕਹਿਣਾ ਸਾਡੇ ਵੱਲੋਂ ਮੈਸੇਜ ਇਹੀ ਹੈ ਜੀ ਕਿ ਤੁਸੀਂ ਸਾਡੇ ਕੋਲ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਦੇਖੋ ਕਹਿੰਦੇ ਹੁੰਦੇ ਨੇ ਸੁਣੋ ਸਭ ਦੀ ਕਰੋ ਮਨ ਦੀ ਇੱਕ ਵਾਰੀ ਆਓ ਆ ਕੇ ਤੁਹਾਡਾ ਮਨ ਜੇ ਕਰਦਾ ਸਾਡੇ ਕੋਲ ਕੰਮ ਜ਼ਰੂਰੀ ਲੈਣ ਨੂੰ ਤਾਂ ਲਓ ਜ਼ਰੂਰ ਲਓ ਪਰ ਇੱਕ ਵਾਰੀ ਸਾਨੂੰ ਦੇਖ ਕੇ ਜ਼ਰੂਰ ਜਾਓ ਕਿਉਂ ਆਪਾਂ ਜਿੰਨਾ ਚਿਰ ਕਦੇ ਕਿਸੇ ਚੀਜ਼ ਨੂੰ ਦੇਖਦੇ ਨਹੀਂ ਉਹਨਾਂ ਨੂੰ ਆਪਾਂ ਉਹਨਾਂ ਨੂੰ ਵਰਤ ਕੇ ਨਹੀਂ ਦੇਖਦੇ ਕਿ ਆਪਾਂ ਨੂੰ ਉਹਦੇ ਬਾਰੇ ਕੁਛ ਕਹਿ ਨਹੀਂ ਸਕਦੇ ਸੋ ਇੱਕ ਮਨ ਦੀ ਫਿਲਮ ਦੂਰ ਕਰੋ ਕਿ ਚੰਗੀ ਚੀਜ਼ ਲੈਣੀ ਸਿਰਫ ਲੁਧਿਆਣੇ ਜਾਣ ਇੱਥੇ ਆਓ ਜ਼ਰੂਰ ਕਰੋ ਸਾਡੇ ਕੋਲ ਆਓ ਤਾਂ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਵੀ ਕਰਾਂਗੇ ਪ੍ਰੋਪਰ ਤੁਹਾਨੂੰ ਡੀਲ ਵੀ ਕਰਾਂਗੇ ਤੁਹਾਨੂੰ ਹਰ ਤਰ੍ਹਾਂ ਦੀ ਬੈਸਟ ਡੀਲ ਵੀ